ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਅੱਜ ਤਿਹਾੜ ਜੇਲ੍ਹ ਚ ਮੁੱਖ ਮੰਤਰੀ ਮਾਨ ਸੀਐਮ ਕੇਜਰੀਵਾਲ ਨਾਲ ਕਰਾਂਗੇ ਮੁਲਾਕਾਤ, ਕਈ ਮੁੱਦਿਆਂ ਤੇ ਹੋਵੇਗੀ ਚਰਚਾ। ਮੀਟਿੰਗ ਚ ਲੋਕ ਸਭਾ ਚੋਣਾਂ ਸਬੰਧੀ ਬਣਾਈ ਜਾਵੇਗੀ ਰਣਨੀਤੀ। ਅਰਵਿੰਦ ਕੇਜਰੀਵਾਲ ਦੀ ਪੇਸ਼ੀ ਅੱਜ, ਮਨੀ ਲਾਂਡਰਿੰਗ ਮਾਮਲੇ ਚ ਹੋਈ ਹੈ ਗ੍ਰਿਫਤਾਰੀ, ਆਬਕਾਰੀ ਨੀਤੀ ਨਾਲ ਜੁੜਿਆ ਹੋਇਆ ਮਾਮਲਾ। ਟਿਕਟ ਮਿਲਣ ਤੋਂ ਬਾਅਦ ਦਰਬਾਰ ਸਾਹਿਬ ਪਹੁੰਚੇ ਚੰਨੀ, ਆਪਣੀ ਜਿੱਤ ਦਾ ਦਾਅਵਾ ਕੀਤਾ ਪੇਸ਼। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਤਿਹਾੜ ਜੇਲ੍ਹ ਵਿਚ ਅੱਜ ਮੁਲਾਕਾਤ ਕਰਨਗੇ। ਦੋਹਾਂ ਦੀ ਹੋਣ ਵਾਲੀ ਮੁਲਾਕਾਤ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ। ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿਚ ਲੋਕ ਸਭਾ ਚੋਣਾਂ ਸਬੰਧੀ ਰਣਨੀਤੀ ਬਣਾਈ ਜਾਏਗੀ। ਉਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਿਲਣ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਨੇ। ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੋਹਾਂ ਵਿਚਾਲੇ ਫੇਸ ਟੂ ਫੇਸ ਮੁਲਾਕਾਤ ਨਹੀਂ ਹੋਵੇਗੀ। ਮੁਲਾਕਾਤ ਜੰਗਲੇ ਦੇ ਤਹਿਤ ਹੋਏਗੀ। ਮੁਲਾਕਾਤ ਪਹਿਲਾਂ 10 ਤਰੀਕ ਨੂੰ ਹੋਣ ਵਾਲੀ ਸੀ, ਪਰ ਉਦੋਂ ਜੇਲ੍ਹ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਸ ਮੁਲਾਕਾਤ ਨੂੰ ਟਾਲ ਦਿੱਤਾ ਸੀ ਅਤੇ ਫਿਰ ਅੱਜ ਦੇ ਦਿਨ ਦਾ ਸਮਾਂ ਰੱਖਿਆ ਗਿਆ ਸੀ, ਜਿਸ ਤਹਿਤ ਅੱਜ ਦੋਵੇਂ ਮੁੱਖ ਮੰਤਰੀ ਇੱਕ ਦੂਜੇ ਨਾਲ ਮੁਲਾਕਾਤ ਕਰਨਗੇ। ਜ਼ਿਕਰੇ ਖਾਸ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਸ਼ਰਾਬ ਨੀਤੀ ਮਾਮਲੇ 'ਚ 21 ਮਾਰਚ ਤੋਂ ਜੇਲ੍ਹ ਵਿੱਚ ਬੰਦ ਨੇ ਅਤੇ ਉਹਨਾਂ ਨਾਲ ਜੇਲ੍ਹ ਵਿੱਚ ਮਿਲਣ ਦੀ ਇਜਾਜ਼ਤ ਉਹਨਾਂ ਦੀ ਪਤਨੀ ਅਤੇ ਵਕੀਲਾਂ ਨੂੰ ਹੈ। ਪਰ ਉਹਨਾਂ ਦੇ ਜੇਲ੍ਹ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਚਿਹਰਾ ਮੁੱਖ ਮੰਤਰੀ ਭਗਵੰਤ ਮਾਨ ਨੇ, ਜੋ ਕਿ ਉਹਨਾਂ ਦੇ ਮਗਰੋਂ ਉਹ ਚੋਣਾਂ ਲਈ ਪ੍ਰਚਾਰ ਕਰਦੇ ਨਜ਼ਰ ਆ ਰਹੇ ਅਤੇ ਪਿਛਲੇ ਦਿਨ ਹੀ ਮੁੱਖ ਮੰਤਰੀ ਅਸਾਮ ਦੇ ਦੌਰੇ 'ਤੇ ਸਨ, ਜਿੱਥੋਂ ਉਹ ਪ੍ਰਚਾਰ ਕਰਕੇ ਪਰਤੇ। ਆਬਕਾਰੀ ਨੀਤੀ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਗ੍ਰਿਫਤਾਰ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ ਅੱਜ ਖਤਮ ਹੋ ਰਹੀ ਹੈ। ਇਸ ਦੇ ਚਲਦਿਆਂ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੇਜਰੀਵਾਲ ਨੂੰ ਅੱਜ ਰਾਓਜ਼ ਐਵਨਿਊ ਅਦਾਲਤ ਵਿਚ ਪੇਸ਼ ਕਰਨਾ। ਕਾਂਗਰਸ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੋਕ ਸਭਾ ਚੋਣਾਂ ਲਈ ਜਲੰਧਰ ਤੋਂ ਉਮੀਦਵਾਰ ਐਲਾਨਿਆ ਗਿਆ। ਟਿਕਟ ਮਿਲਣ ਮਗਰੋਂ ਉਹ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਪਹੁੰਚਦੇ ਗੁਰੂ ਸਾਹਿਬ ਅੱਗੇ ਸੀਸ ਨਿਵਾਇਆ। ਇਸ ਦੌਰਾਨ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੁਆਬੇ ਵਿਚ ਜਲੰਧਰ ਤੋਂ ਸੇਵਾ ਕਰਨ ਦਾ ਉਨ੍ਹਾਂ ਨੂੰ ਮੌਕਾ ਦਿੱਤਾ, ਉਸ ਲਈ ਸ੍ਰੀ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਦੇ ਲਈ ਉਹ ਇੱਥੇ ਪਹੁੰਚੇ ਨੇ ਅਤੇ ਉਹ ਸੇਵਕ ਬਣ ਕੇ ਜਲੰਧਰ ਤੇ ਦੁਆਬੇ ਵਿਚ ਮਾਲਕਾਂ ਕੋਲ ਜਾਣਾ ਹੈ। ਤੇ ਚੰਨੀ ਨੇ ਚਮਕੌਰ ਸਾਹਿਬ ਵਿਖੇ ਕਰਵਾਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਨੂੰ ਵਿਕਾਸ ਕਰਨ ਦਾ ਸ਼ੌਂਕ ਹੈ ਤੇ ਮੈਂ ਉਹੀ ਸ਼ੌਂਕ ਲੈ ਕੇ ਜਲੰਧਰ ਆ ਰਹੀ ਹਾਂ। ਉਹਨਾਂ ਜਲੰਧਰ ਦੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਮੈਨੂੰ ਗੋਦ ਲੈ ਲਿਓ, ਮੈਂ ਤੁਹਾਡਾ ਹੋਣ ਲਈ ਆ ਰਿਹਾ। ਉਹਨਾਂ ਸੁਸ਼ੀਲ ਕੁਮਾਰ ਰਿੰਕੂ ਤੇ ਪਵਨ ਕੁਮਾਰ ਟੀਨੂ ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਇੱਕ ਵਾਰ ਦਹਿਲੀਜ਼ ਟੱਪੇ ਹੋਏ ਦਾ ਪਤਾ ਨਹੀਂ ਉਸਨੇ ਕਿੰਨੀਆਂ ਦਹਿਲੀਜ਼ਾਂ ਟੱਪਣੀਆਂ ਨੇ, ਤੇ ਇਸ ਲਈ ਇਹਨਾਂ ਲੋਕਾਂ ਤੇ ਵਿਸ਼ਵਾਸ ਨਹੀਂ ਜਿਹੜੇ ਆਪ ਹੀ ਗੱਦਾਰੀ ਤੇ ਧੋਖੇ ਕਰਕੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿੱਚ ਜਾਂਦੇ ਨੇ ਤੇ ਦੂਜੀ ਤੋਂ ਤੀਜੀ 'ਚ ਜਾਂਦੇ ਨੇ, ਤੇ ਇਹਨਾਂ ਲੋਕਾਂ ਤੇ ਪੰਜਾਬ ਦੇ ਲੋਕ ਕਿਸ ਤਰ੍ਹਾਂ ਵਿਸ਼ਵਾਸ ਕਰ ਸਕਦੇ ਨੇ ਤੇ ਸਾਨੂੰ ਧੋਖੇਬਾਜ਼ਾਂ ਤੋਂ ਬਚਣਾ ਪੈਣਾ। ਮੈਨੂੰ ਸ਼ੌਕ ਹੈ ਡਿਵੈਲਪਮੈਂਟ ਦਾ, ਉਸੇ ਸ਼ੌਕ ਨੂੰ ਲੈ ਕੇ ਮੈਂ ਜਲੰਧਰ ਦੇ ਵਿੱਚ ਆ ਰਿਹਾ ਅਤੇ ਜਲੰਧਰ ਦੇ ਲੋਕਾਂ ਨੂੰ ਇਹੀ ਮੇਰੀ ਬੇਨਤੀ ਹੈ
ਕਿ ਤੁਸੀਂ ਮੈਨੂੰ ਗੋਦ ਲਓ, ਮੈਂ ਤੁਹਾਡਾ ਹੋਣ ਵਾਸਤੇ ਆ ਰਿਹਾ। ਕਦੇ ਮੇਰੇ ਬਜ਼ੁਰਗ ਦੁਆਬੇ 'ਚ ਰਹਿੰਦੇ ਸੀ, ਮੇਰਾ ਗੋਤ, ਮੇਰੇ ਗੋਤ ਦੇ ਜਿਹੜੇ ਜਠੇਰੇ ਹੈ ਉਹ ਜਲੰਧਰ ਦੇ ਵਿੱਚ ਹੈ। ਜਲੰਧਰ 'ਚੋਂ ਮੇਰੇ ਜਲੰਧਰ ਏਰੀਏ 'ਚੋਂ ਮੇਰੇ ਬਜ਼ੁਰਗ ਉੱਠ ਕੇ ਗਏ ਹੋਏ ਹੈ। ਸੋ ਮੈਂ ਅੱਜ ਫਿਰ ਆਪਣੇ ਧਰਤੀ 'ਤੇ ਜਾ ਰਿਹਾ, ਮੈਨੂੰ ਉਹ ਧਰਤੀ ਨਵਾਜੇ। ਰਾਜਸਥਾਨ ਦੇ ਸੀਕਰ ਜ਼ਿਲ੍ਹੇ 'ਚ ਇੱਕ ਤੇਜ਼ ਰਫ਼ਤਾਰ ਕਾਰ ਤੇ ਟਰੱਕ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ 'ਚ ਤਿੰਨ ਔਰਤਾਂ ਤੇ ਦੋ ਬੱਚਿਆਂ ਸਮੇਤ 7 ਲੋਕ ਜਿਉਂਦੇ ਸੜ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਡਿਪਟੀ ਸੁਪਰਡੈਂਟ ਫਤਿਹਪੁਰ ਸਰਕਲ ਰਾਮ ਪ੍ਰਤਾਪ ਬਿਸ਼ਨੋਈ ਨੇ ਦੱਸਿਆ ਕਿ ਕਾਰ 'ਚ ਸਵਾਰ 7 ਲੋਕ ਸਾਲਾਸਰ ਬਾਲਾ ਜੀ ਮੰਦਰ ਤੋਂ ਹਿਸਾਰ ਵੱਲ ਜਾ ਰਹੇ ਸਨ ਕਿ ਫਤਿਹਪੁਰ ਕੋਤਵਾਲੀ ਥਾਣਾ ਖੇਤਰ ਦੀ ਆਸ਼ੀਰਵਾਦ ਪੁਲੀਆ ਕੋਲ ਕਾਰ ਨੇ ਟਰੱਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਵਾਹਨ 'ਚ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕਾਰ ਸਵਾਰ ਲੋਕ ਉੱਤਰ ਪ੍ਰਦੇਸ਼ ਦੇ ਮੇਰਠ ਦੇ ਰਹਿਣ ਵਾਲੇ ਸਨ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਕਾਰ ਦੇ ਦਰਵਾਜ਼ੇ ਨਹੀਂ ਖੁੱਲ ਸਕੇ ਤੇ ਕਾਰ 'ਚ ਸਵਾਰ 3 ਔਰਤਾਂ ਤੇ 2 ਬੱਚੇ ਤੇ 2 ਪੁਰਸ਼ਾਂ ਦੀ ਝੁਲਸ ਕੇ ਮੌਤ ਹੋ ਗਈ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਿਆ ਕਿ ਟਰੱਕ ਤੇ ਕਾਰ 'ਚ ਲੱਗੀ ਅੱਗ ਨੂੰ ਬੁਝਾਉਣ ਦੀ ਵੀ ਕੋਸ਼ਿਸ਼ ਜਾਰੀ ਹੈ। ਸ਼ਹੀਦ ਦੇਸ਼ ਕੌਮ ਦਾ ਸਰਮਾਇਆ ਹੁੰਦੇ ਨੇ ਤੇ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹ ਕਦੇ ਵੀ ਵਿਲੱਖਣ ਇਤਿਹਾਸ ਨਹੀਂ ਸਿਰ ਸਕਦੀਆਂ। ਭਾਰਤੀ ਫੌਜ ਵਿੱਚ ਸਿੱਖ ਰੈਜੀਮੈਂਟ ਦਾ ਗੌਰਵਮਈ ਇਤਿਹਾਸ ਹੈ ਤੇ ਰੈਜੀਮੈਂਟ ਨੂੰ ਅਨੇਕਾਂ ਹੀ ਮਾਣ ਸਨਮਾਨ ਪ੍ਰਾਪਤ ਹੋਏ ਨੇ ਤੇ ਅੱਜ ਅਸੀਂ ਆਪ ਦੇ ਨਾਲ ਸਿੱਖ ਰੈਜੀਮੈਂਟ ਦੀ 16 ਸਿੱਖ ਬਟਾਲੀਅਨ ਦੇ ਸ਼ਹੀਦ ਯੋਧੇ ਨਾਇਬ ਸੂਬੇਦਾਰ ਸਰਬਜੀਤ ਸਿੰਘ ਗਿੱਲ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਦੀ ਫੌਜ ਦੀ ਡਿਊਟੀ ਦੌਰਾਨ ਆਪਣੇ ਇੱਕ ਸਾਥੀ ਨਾਲ ਇੱਕ ਐਕਸੀਡੈਂਟ ਦੌਰਾਨ ਉੱਤਰਾਖੰਡ ਦੇ ਵਿੱਚ 20 ਨਵੰਬਰ 2008 ਨੂੰ ਸ਼ਹਾਦਤ ਹੋ ਗਈ ਸੀ। ਉਹਨਾਂ ਦੀ ਯਾਦ ਨੂੰ ਸਮਰਪਿਤ ਪਿੰਡ ਝੰਡੇਵਾਲਾ ਜ਼ਿਲ੍ਹਾ ਮੋਗਾ ਵਿਖੇ 16 ਸਾਲਾਂ ਬਾਅਦ ਸ਼ਹੀਦ ਦੇ ਪਰਿਵਾਰ ਵੱਲੋਂ ਸ਼ਹੀਦ ਦਾ ਬੁੱਤ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਪਰਿਵਾਰ ਨੇ ਰੋਸ ਜਤਾਇਆ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਸ਼ਹੀਦ ਦੀ ਧਰਮਪਤਨੀ ਨੇ ਕਿਹਾ ਕਿ 16 ਸਾਲ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਸ਼ਹੀਦ ਦੇ ਪੁੱਤ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਤੇ ਇਸ ਮੌਕੇ ਸ਼ਹੀਦ ਦੇ ਪੁੱਤ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਸ਼ਹੀਦ ਪਿਤਾ ਦੇ ਪੁੱਤ ਨੂੰ ਸਥਾਪਿਤ ਕਰਨ ਲਈ ਪਿੰਡ ਦੀ ਜਗ੍ਹਾ 'ਚ ਸਾਨੂੰ ਜਗ੍ਹਾ ਦਿੱਤੀ, ਜਿਸ ਜਗ੍ਹਾ ਤੇ ਅੱਜ ਅਸੀਂ ਸ਼ਹੀਦ ਸਰਬਜੀਤ ਸਿੰਘ ਗਿੱਲ ਦਾ ਬੁੱਤ ਸਥਾਪਿਤ ਕੀਤਾ। ਸਰਕਾਰਾਂ ਸਰ ਚੇਂਜ ਹੁੰਦੀਆਂ ਰਹੀਆਂ ਪਰ ਕਿਸੇ ਨੇ ਕਿਸੇ ਸਾਰ ਨਹੀਂ ਲਈ। ਪਰ ਸਾਡੀ ਪਿੰਡ ਦੀ ਪੰਚਾਇਤ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੋ ਸਾਨੂੰ ਪਿੰਡ ਦੀ ਜ਼ਮੀਨੀ ਜੱਦੀ ਥਾਂ 'ਚੋਂ ਥਾਂ ਦਿੱਤੀ ਅਤੇ ਅਸੀਂ ਉੱਥੇ ਆਪਦੇ ਪਿਤਾ ਜੀ ਦਾ ਬੁੱਤ ਸਥਾਪਿਤ ਕੀਤਾ ਜੋ ਬਹੁਤ ਹੀ ਸਾਡੇ ਲਈ ਮਾਣ ਵਾਲੀ ਗੱਲ ਹੈ। ਸੋ ਸਰ ਇਹੀ ਕਹਿਣਾ ਚਾਹੂੰਗਾ, ਮਾਤਾ ਵੀ ਭਾਵਕ ਹੋ ਗਏ, ਤੁਸੀਂ ਵੀ ਭਾਵਕ ਹੋ ਗਏ ਪਿਤਾ ਨੂੰ ਇੱਕ ਵਾਰ ਜਦੋਂ ਪਰਦਾ ਹਟਾਇਆ, ਪਿਛਲੇ ਪਲ ਵੀ ਯਾਦ ਆਏ ਹੋਣੇ ਪਿਤਾ ਦੇ। ਉਹੀ ਹੈ ਜੀ, ਜਿੰਨੇ ਅਸੀਂ ਉਹਨਾਂ ਨਾਲ ਟਾਈਮ ਸਪੈਂਡ ਕੀਤਾ ਜੀ ਸਾਨੂੰ ਹਰ ਪਲ ਯਾਦ ਆਉਂਦਾ ਜੀ। ਜੋ ਵੀ ਸਾਡੀ ਉਹਨਾਂ ਨੇ ਜਿੰਨੀ ਸਾਡੀ ਉਹਨਾਂ ਨਾਲ ਲਿਖੀ ਸੀ ਬਹੁਤ ਸੋਹਣੀ ਨਿਭੀ ਸੀ ਸਾਡੀ ਜੀ, ਸਾਨੂੰ ਹਰ ਟਾਈਮ ਉਹ ਹਮੇਸ਼ਾ ਸਾਡੇ ਨਾਲ ਆ। ਪਰ ਸਾਨੂੰ ਫਿਰ ਵੀ ਕਿਸੇ ਦਿਨ ਤਿਉਹਾਰ ਤੇ ਸਾਨੂੰ ਹਮੇਸ਼ਾ ਉਹ ਯਾਦ ਆਉਂਦੇ ਨੇ। ਸਰਕਾਰਾਂ ਕਹਿੰਦੀਆਂ ਹਰ ਸ਼ਹੀਦ ਦੇ ਪਰਿਵਾਰ ਦਾ ਪੂਰਾ ਮਾਣ ਸਨਮਾਨ ਦਿੱਤਾ ਜਾਊਗਾ, ਤੁਹਾਨੂੰ ਅਜੇ ਤੱਕ ਪਤਾ ਲੱਗਿਆ ਨੌਕਰੀ ਨਹੀਂ ਮਿਲੀ, ਕਾਫੀ ਸਮਾਂ ਹੋ ਗਿਆ। ਹਾਂਜੀ ਸਰ, ਮੈਂ ਨਰਸਿੰਗ ਦੀ ਡਿਗਰੀ ਕੀਤੀ ਹੈ ਜੀ, ਮੈਨੂੰ ਹੋ ਗਏ ਸਰ 2-3 ਸਾਲ, ਮੈਨੂੰ ਕੋਈ ਜੌਬ ਨਹੀਂ ਮਿਲੀ ਨਾ ਕੋਈ ਸਰਕਾਰਾਂ ਨੂੰ ਕੋਈ ਮਦਦ ਮਿਲੀ ਹੈ। ਹਾਂਜੀ ਸਰ, ਅੰਤਿਮ ਸੰਸਕਾਰ ਤੇ ਆ ਕੇ ਬੋਲ ਗਏ ਸੀਗੇ ਮੰਤਰੀ ਪਰ ਕਿਸੇ ਨੇ ਕੋਈ ਸਾਰ ਨਹੀਂ ਲਈ। ਇਹ ਨੰਬਰ 1 ਤੇ ਰਹਿੰਦਾ, ਮੈਂ ਇਹ ਚੈਨਲ ਨੂੰ ਬਹੁਤ ਮੰਨਦਾ ਔਰ ਆਮ ਲੋਕ ਵੀ ਇਹ ਚੈਨਲ ਨੂੰ ਬਹੁਤ ਸਲਾਹਣਾ ਕਰਦੇ ਆ। ਬਾਕੀ ਦੂਜੀ ਗੱਲ ਰਹੀ ਮੈਂ ਸੁਬੇਦਾਰ ਸਰਬਜੀਤ ਸਾਹਿਬ, ਜੋ ਕਿ ਲੜਾਈ ਦੇ ਵਿੱਚ ਕੋਈ ਵੀ ਕੰਮ ਕਰਦਾ, ਚਾਹੇ ਉਹ ਐਕਸੀਡੈਂਟ ਹੋ ਜੇ, ਚਾਹੇ ਗੋਲੀ ਨਾਲ ਸ਼ਹੀਦ ਹੋ ਜੇ, ਚਾਹੇ ਕਿਸ ਤਰ੍ਹਾਂ ਵੀ ਹੋ ਜੇ, ਕਿਉਂਕਿ 2018 ਦੇ ਵਿੱਚ ਸ਼ਹੀਦ ਹੋਏ ਹੈ। ਉਸ ਤੋਂ ਬਾਅਦ ਉਹਨਾਂ ਦਾ ਲੜਕਾ ਜੋ ਕਿ ਸਾਡੇ ਨਾਲ ਖੜਾ, ਅੱਜ ਤੱਕ ਸਰਕਾਰ ਪੰਜਾਬ ਦੀ ਕੋਈ ਵੀ ਆਈ ਹੈ, ਸੈਂਟਰ ਸਰਕਾਰ ਆਈ ਹੈ, ਪਰ ਕਹਿ ਦਿੰਦੀ ਹੈ ਕਿ ਮੈਂ ਇਹ ਕਰੂੰ ਇਹ ਕਰੂੰ। ਇਹ ਜਵਾਨ ਹਾਲਤ ਕਰੋ, ਉਹਨਾਂ ਦਾ ਬੱਚਾ ਨਾਲ ਘੁੰਮ ਰਿਹਾ, ਮਾਤਾ ਅਲੱਗ ਰੋ ਰਹੀ ਹੈ, ਬੱਚਾ ਅਲੱਗ ਰੋ ਰਿਹਾ, ਪਰ ਇਹ ਬੜੇ ਦੁੱਖ ਵਾਲੀ ਗੱਲ ਹੈ। ਇਹ ਸਰਕਾਰਾਂ ਜਿਹੜੀਆਂ ਹੈ ਬੋਲ ਜਾਂਦੀਆਂ ਪਰ ਉਦੋਂ ਬਾਅਦ ਉਹ 'ਤੇ ਕੋਈ ਐਕਸ਼ਨ ਨਹੀਂ ਲੈਂਦੀਆਂ।
ਖੇਮਕਰਨ ਚੌਂਕ ਵਿੱਚ ਸੁਨਿਆਰਾ ਬਰਾਦਰੀ ਤੇ ਮਿਸਤਰੀ ਸਿੰਘ ਬਰਾਦਰੀ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਵਿਰੋਧ ਕੀਤਾ ਗਿਆ। ਦਰਅਸਲ ਬੀਤੇ ਦਿਨੀ ਜਾਤੀ ਸੂਚਕ ਸ਼ਬਦ ਬੋਲਣ ਤੇ ਵਿਵਾਦਾਂ ਚੱਲਦੇ ਆ ਰਹੇ ਆਮ ਆਦਮੀ ਪਾਰਟੀ ਦੇ ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦਾ ਖੇਮਕਰਨ ਚੌਂਕ ਵਿੱਚ ਉਨ੍ਹਾਂ ਖਿਲਾਫ਼ ਮਿਸਤਰੀ ਸਿੰਘ ਭਾਈਚਾਰਾ ਤੇ ਸੁਨਿਆਰਾ ਬਰਾਦਰੀ ਦੇ ਭਾਈਚਾਰੇ ਵੱਲੋਂ ਨਾਅਰੇ ਲਗਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਮੋਤਾ ਸਿੰਘ ਵਲਟੋਹਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਆਗੂ ਲਾਲਜੀਤ ਭੁੱਲਰ ਵੱਲੋਂ ਜਾਤੀ ਸੂਚਕ ਸ਼ਬਦ ਬੋਲ ਕੇ ਗਲਤ ਬਿਆਨਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਉਹ ਲਾਲਜੀਤ ਭੁੱਲਰ ਦਾ ਰੱਜ ਕੇ ਵਿਰੋਧ ਕਰਨਗੇ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਭੁੱਲਰ ਦਾ ਬਿਲਕੁਲ ਬਾਈਕਾਟ ਕੀਤਾ ਜਾਵੇਗਾ। ਲਾਲਜੀਤ ਭੁੱਲਰ ਨੇ ਜਿਹੜੀ ਗਲਤ ਬਿਆਨਬਾਜ਼ੀ ਕੀਤੀ ਆ ਇਹਦੇ ਵਿਰੋਧ ਦੇ ਵਿੱਚ ਅਸੀਂ ਰੱਜ ਕੇ ਵਿਰੋਧ ਕਰਾਂਗੇ। ਸਾਰੇ ਭਰਾ ਖੇਮਕਰਨ ਦੇ ਸੁਨਿਆਰਾ ਭਾਈਚਾਰਾ ਮਿਸਤਰੀ ਭਾਈਚਾਰਾ ਅਸੀਂ ਇਹਦਾ ਰੱਜ ਕੇ ਵਿਰੋਧ ਕਰਾਂਗੇ। ਜਾ ਕੇ ਅਮਰਕੋਟ ਚੌਂਕ ਦੇ ਵਿੱਚ ਇਹਦਾ ਪੁਤਲਾ ਵੀ ਸਾੜਾਂਗੇ। ਸ਼ਾਮੀ 3 ਵਜੇ ਸਾਰੇ ਭਰਾ ਸਾਡੇ ਪਹੁੰਚਣ ਤੇ ਸਾਡਾ ਸਾਥ ਦੇਣ। ਇਹਨਾਂ ਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਗਲਤ ਬਿਆਨਬਾਜ਼ੀ ਕੀਤੀ। ਭਾਜੀ ਇਹਨੂੰ ਇੱਥੇ ਵੜਨ ਨਹੀਂ ਦੇਵਾਂਗੇ। ਅਸੀਂ ਇਹਦਾ ਰੱਜ ਕੇ ਵਿਰੋਧ ਕਰਾਂਗੇ, ਹਰ ਥਾਂ ਕਰਾਂਗੇ, ਜਿੱਥੇ ਵੀ ਆਊਗਾ ਇਹਦਾ ਵਿਰੋਧ ਕਰਾਂਗੇ। ਨਾ ਹੀ ਵਲਟੋਏ ਵੜਨ ਦੇਵਾਂਗੇ, ਨਾ ਹੀ ਖੇਮਕਰਨ ਵੜਨ ਦੇਵਾਂਗੇ। ਲਾਗੇ ਬੰਨੇ ਪਿੰਡਾਂ ਨੂੰ ਸਾਰੇ ਭਰਾਵਾਂ ਨੂੰ ਬੇਨਤੀ ਆ, ਇਹ ਸਾਡੇ ਸੁਨਿਆਰੇ ਭਰਾ ਤੇ ਸਾਡੇ ਮਿਸਤਰੀ ਭਰਾ, ਇਹਨਾਂ ਨੂੰ ਕਿਤੇ ਵੜਨ ਨਾ ਦੇਣ ਜਿੱਥੇ ਜਿੱਥੇ ਵੀ ਹੈਗੇ ਆ, ਜਿਹਨਾਂ ਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਕਿਸੇ ਨੂੰ ਗਲਤ ਬਿਆਨਬਾਜ਼ੀ ਕਰੀ ਦੀ। ਅੰਮ੍ਰਿਤਸਰ ਵਿਖੇ ਗਈ ਕਾਂਗਰਸ ਦੇ ਓਬੀਸੀ ਪ੍ਰਧਾਨ ਤੇ ਓਬੀਸੀ ਭਾਈਚਾਰੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਕੀਤੀ ਗਈ ਟਿੱਪਣੀ ਦੀ ਕੜੇ ਸ਼ਬਦਾਂ 'ਚ ਨਿੰਦਾ ਕੀਤੀ ਗਈ। ਕਾਂਗਰਸ ਓਬੀਸੀ ਦੇ ਪੰਜਾਬ ਪ੍ਰਧਾਨ ਸੋਨੂੰ ਜੰਡਿਆਲਾ ਤੇ ਸਵਰਨਕਾਰ ਭਾਈਚਾਰੇ ਨੇ ਕਿਹਾ ਕਿ ਰਾਜਨੇਤਾਵਾਂ ਵੱਲੋਂ ਵਰਤੀ ਗਈ ਸ਼ਬਦਾਵਲੀ ਨਿੰਦਣਯੋਗ ਤੇ ਅਜਿਹੀਆਂ ਗੱਲਾਂ ਕਰ ਰਾਜਨੀਤੀ ਕਰਨੀ ਮੰਦਭਾਗੀ ਗੱਲ ਹੈ ਜੋ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ। ਜੱਸਾ ਸਿੰਘ ਰਾਮਗੜੀਆ ਕੌਣ ਸੀ ਪਹਿਲਾਂ ਇਤਿਹਾਸ ਪਤਾ ਕਰ ਲੈਣ। ਕਹਿੰਦੇ ਨਮਕ ਸਵਾਦ ਅਨੁਸਾਰ ਤੇ ਗੱਲ ਔਕਾਤ ਅਨੁਸਾਰ ਕਰੀਦੀ ਆ। ਤੁਸੀਂ ਕਿਸੇ ਬਾਰੇ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ, ਜੀਭ ਦੇ ਵਿੱਚ ਹੱਡੀ ਨਹੀਂ ਹੁੰਦੀ, ਹੱਡੀਆਂ ਤੜਵਾ ਦਿੰਦੀਆਂ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਤੁਸੀਂ ਸੁਨਿਆਰਾ ਬਰਾਦਰੀ ਦੇ ਬਾਰੇ ਵੀ ਕਹਿਤਾ, ਤੁਸੀਂ ਰਾਮਗੜੀਆ ਬਰਾਦਰੀ ਨੂੰ ਗੁੱਲੀ ਘੜ ਕਹਿਤਾ, ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਜੇ ਤੁਸੀਂ ਜੱਟ ਭਾਈਚਾਰੇ ਤੇ ਓਬੀਸੀ ਦੇ ਵਿੱਚ ਐਸੀ ਭਾਈਚਾਰੇ ਦੇ ਵਿੱਚ ਕਿਉਂ ਮਤਲਬ ਪਾੜ ਪਾਉਣ ਦੀ ਕੋਸ਼ਿਸ਼ ਕਰਨ ਡਿਆ ਜੇ? ਉਹ ਤੇ ਸਾਰਿਆਂ ਨੂੰ ਪਤਾ ਵਾ ਵੀ ਤੁਸੀਂ ਨਹੀਂ ਜਿੱਤਣਾ, ਕਿਉਂਕਿ ਖਡੂਰ ਸਾਹਿਬ ਲੋਕ ਸਭਾ ਹਲਕਾ ਪੰਥਕ ਹਲਕਾ ਵਾ। ਇਹਨਾਂ ਨੂੰ ਤਖ਼ਤ ਸਾਹਿਬ ਹਜ਼ੂਰ ਸਾਹਿਬ ਵੀ ਜਿਹੜਾ ਘੇਰਿਆ ਸੀ ਉੱਥੇ ਸਿੱਖ ਜਥੇਬੰਦੀਆਂ ਨੇ ਤੇ ਇਹਨਾਂ ਕੋਲ ਸਵਾਲਾਂ ਦੇ ਜਵਾਬ ਨਹੀਂ ਸੀ ਦਿੱਤੇ ਗਏ। ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਗੁਰਨਗਰੀ ਦੇ ਪਵਿੱਤਰ ਧਾਰਮਿਕ ਸਥਾਨਾਂ ਤੇ ਮੱਥਾ ਟੇਕਿਆ ਗਿਆ। ਸਭ ਤੋਂ ਪਹਿਲਾਂ ਅਨਿਲ ਜੋਸ਼ੀ ਵਾਲਮੀਕਿ ਤੀਰਥ ਪਹੁੰਚੇ ਤੇ ਤੀਰਥ ਸਥਾਨ ਤੇ ਮੱਥਾ ਟੇਕਿਆ ਤੇ ਫਿਰ ਉਹ ਦੁਰਗਿਆਨਾ ਮੰਦਿਰ ਵਿੱਚ ਮੱਥਾ ਟੇਕਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨੂੰ ਵਾਲਮੀਕਿ ਤੀਰਥ ਅਤੇ ਦੁਰਗਿਆਨਾ ਮੰਦਿਰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਨਿਲ ਜੋਸ਼ੀ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਬੈਂਗਲੌਰ ਇੰਦੌਰ ਵਰਗਾ ਬਣਾਇਆ ਜਾਏਗਾ, ਪਰ ਅੱਜ ਤੱਕ ਦੇ MP ਨੇ ਕੁਝ ਨਹੀਂ ਕੀਤਾ ਤੇ ਹੁਣ ਲੋਕਾਂ ਦੇ ਸੁਪਨੇ ਉਹ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ 10 ਸਾਲ ਗੁਰਨਗਰੀ ਦੀ ਸੇਵਾ ਦਾ ਮੌਕਾ ਮਿਲਿਆ ਸੀ ਤੇ ਅਸੀਂ ਪੂਰੇ ਤਨ ਮਨ ਤੇ ਧਨ ਨਾਲ ਗੁਰਨਗਰੀ ਦੀ ਸੇਵਾ ਕੀਤੀ ਤੇ ਕੋਈ ਕਸਰ ਨਹੀਂ ਛੱਡੀ ਤੇ ਗੁਰਨਗਰੀ ਦੀ ਮਨੋਹਾਰ ਬਦਲ ਦਿੱਤੀ ਜਾਏਗੀ। ਭਰ ਚੋਂ ਇਲਾਜ ਕਰਾਉਣ ਲੋਕੀ ਆਉਣੇ, ਕਿਉਂਕਿ ਦੁਨੀਆ ਭਰ 'ਚ ਸਭ ਤੋਂ ਸਸਤਾ ਤੇ ਵਧੀਆ ਇਲਾਜ ਹਿੰਦੁਸਤਾਨ 'ਚ ਆ ਤੇ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਆ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਦੇਣ ਆ ਤੇ ਇੱਥੇ ਪੂਰੀ ਦੁਨੀਆ 'ਚੋਂ ਪੰਜਾਬੀ ਜਾਂ ਹਿੰਦੁਸਤਾਨੀ ਆਉਂਦੇ ਇਲਾਜ ਕਰਾਉਂਦੇ, 10 ਦਿਨ ਰਹਿੰਦੇ। ਇਹਦੀ ਇਕੋਨਮੀ 'ਚ ਵਾਧਾ ਹੁੰਦਾ, ਕਿਉਂਕਿ ਜਿੰਨੇ ਰਹਿਣਾ ਆ ਕੇ ਹੋਟਲਾਂ ਦੀ ਲੋੜ ਆ, ਰੈਸਟੋਰੈਂਟਾਂ ਦੀ ਲੋੜ ਆ, ਜਾਣ ਆਉਣ ਦੀ ਸ਼ੋਪਿੰਗ, ਇਹ ਪੈਸਾ ਜਿਹੜਾ ਇਹੀ ਸਾਡੀ ਇਕੋਨਮੀ ਆ, ਟੂਰਿਜ਼ਮ ਆ ਇਹ।
ਸਪੋਰਟਸ ਟੂਰਿਜ਼ਮ, ਹੈਲਥ ਟੂਰਿਜ਼ਮ ਹੈ, ਮੈਡੀਕਲ ਟੂਰਿਜ਼ਮ। ਅਸੀਂ ਟ੍ਰੇਡ ਸੈਂਟਰ ਬਣਾਉਣਾ, ਅਸੀਂ 12 ਏਕੜ ਜਗ੍ਹਾ ਰੱਖੀ ਆ, 12 ਮਹੀਨੇ ਟ੍ਰੇਡ ਫੇਅਰ ਚੱਲਣਾ। ਇਹ ਪਾਈਟੈਕਸ ਲੱਗਦਾ, ਇੱਕ ਹਫ਼ਤਾ ਰੌਣਕਾਂ ਲੱਗ ਜਾਂਦੀਆਂ। 12 ਏਕੜ ਜਗ੍ਹਾ ਰੱਖੀ, ਪੱਕਾ ਇਨਫਰਾਸਟ੍ਰਕਚਰ ਬਣਾਉਣਾ ਹੀ, 12 ਮਹੀਨੇ ਟ੍ਰੇਡ ਫੇਅਰ ਚੱਲਣਾ ਹੈ। ਆਈਟੀ ਸਿਟੀ ਬਣ ਜਾਂਦਾ, ਟ੍ਰੇਡ ਸੈਂਟਰ ਬਣ ਜਾਂਦਾ, ਇਹ ਕ੍ਰਿਕਟ ਗਰਾਊਂਡ ਬਣ ਜਾਂਦੀ, ਇਹ ਆਪਣਾ ਹੋਸਪਿਟਲ ਬਣ ਜਾਂਦੇ, ਅਤੇ ਇਹ ਕਿੰਨੇ ਤਰ੍ਹਾਂ ਦਾ ਟੂਰਿਜ਼ਮ ਇੱਥੇ ਹੋਰ ਆਉਣਾ ਸੀ, ਧਾਰਮਿਕ ਦੇ ਨਾਲ ਨਾਲ। ਅਤੇ ਇਹ ਸ਼ਹਿਰ ਜਿਹੜਾ ਵਾ, ਇਹ ਗੜਗਾਵਾਂ ਬੰਗਲੌਰ ਨੂੰ ਗਾਂਹ ਅੱਗੇ ਨਿਕਲਣਾ ਸੀ। ਏਡਾ ਵੱਡਾ ਨਾਮ ਆ ਅੰਮ੍ਰਿਤਸਰ ਸਾਹਿਬ, ਸਭ ਲਿਖਣਾ ਚਾਹੁੰਦੇ ਆ, ਸਭ ਕੰਪਨੀਆਂ ਚਾਹੁੰਦੀਆਂ ਸਾਡੇ ਮਗਰ ਅੰਮ੍ਰਿਤਸਰ ਸਾਹਿਬ ਲਿਖਿਆ ਜਾਵੇ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਅਹਿਮ ਬੈਠਕ ਪ੍ਰਧਾਨ ਜਗਜੋਤ ਸਿੰਘ ਸੋਹੀ ਦੀ ਅਗਵਾਈ ਵਿਚ ਹੋਈ, ਜਿਸ ਵਿਚ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਤੇ ਪੰਜ ਪਿਆਰੇ ਸਾਹਿਬਾਨ ਵੀ ਮੌਜੂਦ ਰਹੇ। ਇਸ ਮੌਕੇ ਕਈ ਅਹਿਮ ਫੈਸਲੇ ਲਏ ਗਏ। ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਆ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਕਮੇਟੀ ਦੇ ਮੈਂਬਰ ਹਰਪਾਲ ਸਿੰਘ ਜੌਹਲ ਨੇ ਦੱਸਿਆ ਕਿ ਬਿਰਧ ਹੋ ਚੁੱਕੇ ਭੰਗੋੜੇ ਸਾਹਿਬ ਦੀ ਸੇਵਾ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਸੰਗਤ ਵੱਲੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਖੁਦ ਨੂੰ ਕਮੇਟੀ ਦੇ ਅਹੁਦੇਦਾਰ ਦੱਸ ਕੇ ਉਗਰਾਹੀ ਕਰਨ ਦੇ ਮਾਮਲੇ ਵਿਚ ਪੰਥਕ ਤੇ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ। ਅੱਜ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਦੀ ਪ੍ਰਧਾਨਗੀ ਹੇਠ ਔਰ ਪੰਜ ਪਿਆਰਿਆਂ ਦੇ ਨਾਲ ਸਾਡੇ ਜਿਹੜੇ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਨੇ ਉਹਨਾਂ ਦੀ ਅਗਵਾਈ ਵਿੱਚ ਇੱਕ ਸਾਂਝੀ ਮੀਟਿੰਗ ਸੰਗਤ ਦੇ ਤੌਰ 'ਤੇ ਹੋਈ, ਜਿਹਦੇ ਵਿੱਚ ਕਈ ਪ੍ਰਪੱਕ ਨਿਰਣੇ ਲਏ ਗਏ ਲਿਖਤੀ ਤੌਰ 'ਤੇ ਵੀ। ਉਹਨਾਂ ਦੀ ਜਾਣਕਾਰੀ ਅਸੀਂ ਸੰਗਤੀ ਰੂਪ ਵਿੱਚ ਤੁਹਾਡੇ ਨਾਲ ਮੰਨਣੀ ਚਾਹੁੰਦੇ ਹਾਂ। ਪਹਿਲੀ ਗੱਲ ਤਾਂ ਗੁਰੂ ਮਹਾਰਾਜ ਦੇ ਜਿਹੜੇ ਭੰਗੂੜੇ ਆ ਉਹਨਾਂ ਦੇ ਬਾਰੇ ਫੈਸਲਾ ਕੀਤਾ ਗਿਆ ਕਿ ਉਹਨਾਂ ਦੀ ਸੇਵਾ ਕਰਨੀ ਹੈ, ਬੜੇ ਬਿਰਧ ਹੋ ਚੁੱਕੇ ਆ। ਇਸ ਦੇ ਨਾਲ ਨਾਲ ਹੀ ਇੱਕ ਸਾਡੇ ਕੋਲ ਸੰਗਤੀ ਤੌਰ ਦੇ ਉੱਤੇ ਬਾਹਰੋਂ ਸੰਗਤ ਤੋਂ ਸ਼ਿਕਾਇਤ ਆਈ ਕਿ ਜਿਹੜੇ ਕੋਈ ਗੁਰੂ ਘਰ ਦੇ ਧਾਰਮਿਕ ਤੌਰ 'ਤੇ ਅਹੁਦੇਦਾਰ ਨਹੀਂ ਹੈਗੇ, ਉਹ ਵੀ ਸੰਗਤ ਜਾ ਕੇ ਆਪਣੇ ਆਪ ਨੂੰ ਜਥੇਦਾਰ ਜਾਂ ਸਿੰਘ ਸਾਹਿਬ ਦੱਸਦੇ ਨੇ। ਸਾਨੂੰ, ਅਸੀਂ ਸਾਰੀ ਸੰਗਤ ਨੂੰ ਦੁਨੀਆ 'ਤੇ ਜਿੱਥੇ ਵੀ ਵੱਸਦੀ ਆ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨੇ ਸਾਹਿਬ ਦੇ ਜ਼ਿੰਮੇਵਾਰ ਮੈਂਬਰ ਹੋਣ ਦੇ ਨਾਤੇ ਪ੍ਰਧਾਨ ਸਾਹਿਬ ਹੋਣਾ ਵੱਲੋਂ, ਜਨ ਸਕੱਤਰ ਹੋਣਾ ਵੱਲੋਂ, ਸਾਡੇ ਸਤਿਕਾਰਯੋਗ ਪੁਰਾਣੇ ਸੀਨੀਅਰ ਮੈਂਬਰ ਨੇ ਸਰਦਾਰ ਮਹਿੰਦਰਪਾਲ ਸਿੰਘ ਢਿੱਲੋਂ ਸਾਹਿਬ, ਮੀਤ ਪ੍ਰਧਾਨ ਬੈਠੇ ਨੇ, ਗੁਰਵਿੰਦਰ ਸਿੰਘ ਜੀ, ਹੋਰ ਸਾਡੇ ਸੰਗਤੀ ਰੂਪ ਵਿੱਚ ਸਾਡੇ ਨਾਲ ਸਾਡੇ ਸੱਜਣ ਮਿੱਤਰ ਬੈਠੇ ਨੇ। ਅਸੀਂ ਸਾਰੀ ਸੰਗਤ ਨੂੰ ਪ੍ਰਪੱਕ ਤੌਰ ਦੇ ਉੱਤੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਾਂ 'ਤੇ ਜੇ ਕੋਈ ਆਪਣੇ ਆਪ ਨੂੰ ਜਥੇਦਾਰ ਦੱਸਦਾ ਹੈ ਔਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਾਂ 'ਤੇ ਜੇ ਕੋਈ ਉਗਰਾਹੀ ਇਕੱਠੀ ਕਰਦਾ ਹੈ, ਜੇ ਕੋਈ ਪੈਸੇ ਦੀ ਡਿਮਾਂਡ ਕਰਦਾ ਹੈ, ਤਾਂ ਸਾਡੇ ਨੰਬਰ ਜਿਹੜੇ ਉਹ ਮਾਰਕੀਟ ਦੇ ਵਿੱਚ ਹੈਗੇ ਨੇ, ਓਪਨ ਸਾਡੇ ਨੰਬਰ ਨੇ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਵਟਸਐਪ ਨੰਬਰ ਨੇ। ਸਾਨੂੰ ਇਤਲਾਹ ਕੀਤੀ ਜਾਏ, ਅਸੀਂ ਬਣਦੀ ਕਾਨੂੰਨੀ ਕਾਰਵਾਈ ਨਾਲੋਂ ਨਾਲ ਕਰਾਵਾਂਗੇ। ਸਾਡੇ ਜਥੇਦਾਰ ਭਾਈ ਬਲਦੇਵ ਸਿੰਘ ਸਿੰਘ ਸਾਹਿਬ ਹੈਗੇ ਨੇ, ਅਡੀਸ਼ਨਲ ਜਥੇਦਾਰ ਉਹਨਾਂ ਦੇ ਨਾਲ ਅਡੀਸ਼ਨਲ ਹੈਡ ਗ੍ਰੰਥੀ ਭਾਈ ਸਾਹਿਬ ਭਾਈ ਦਲੀਪ ਸਿੰਘ ਜੀ ਹੈਗੇ ਨੇ, ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਹੈਗੇ ਨੇ, ਅਮਰਜੀਤ ਸਿੰਘ ਜੀ ਹੈਗੇ ਨੇ, ਪ੍ਰਸਰਾਮ ਸਿੰਘ ਜੀ ਹੈਗੇ ਨੇ। ਇਹ ਪੰਜ ਸਿੰਘ ਸਹਿਬਾਨਾਂ ਤੋਂ ਇਲਾਵਾ ਜੇ ਕੋਈ ਆਪਣੇ ਆਪ ਨੂੰ ਸਿੰਘ ਸਾਹਿਬ ਦੱਸਦਾ ਹੈ ਤੇ ਉਹਦੇ ਉੱਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ।
ਗੁਰਦਾਸਪੁਰ ਸ਼ਹਿਰ ਵਿੱਚ ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਚੋਰੀ ਦੀਆਂ ਵਾਰਦਾਤਾਂ 'ਚ ਵਾਧਾ ਹੋ ਰਿਹਾ। ਪੁਲਿਸ ਚੋਰਾਂ ਨੂੰ ਕਾਬੂ ਕਰਨ 'ਚ ਪੂਰੀ ਤਰ੍ਹਾਂ ਨਾਲ ਨਾਕਾਮ ਸਾਬਿਤ ਹੋ ਰਹੀ ਹੈ। ਤਾਜ਼ੀ ਘਟਨਾ ਸ਼ਹਿਰ ਦੇ ਮੰਡੀ ਚੌਂਕ ਨੇੜੇ ਦੇਖਣ ਨੂੰ ਮਿਲੀ, ਜਦੋਂ ਚੋਰਾਂ ਨੇ ਇੱਕ ਮੋਬਾਈਲ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਮੋਬਾਈਲ ਫੋਨ ਤੇ ਨਕਦੀ ਚੋਰੀ ਕਰ ਲਈ। ਚੋਰਾਂ ਨੇ ਦੁਕਾਨ ਦੀ ਕੰਧ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਚੋਰਾਂ ਦੀ ਇਹ ਹਰਕਤ ਦੁਕਾਨ ਵਿੱਚ ਲੱਗੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਦੌਰਾਨ ਚੋਰੀ ਸੰਬੰਧੀ ਸੂਚਨਾ ਮਿਲਣ ਤੇ ਥਾਣਾ ਸਿਟੀ ਦੀ ਪੁਲਿਸ ਮੌਕੇ ਤੇ ਪੁੱਜ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਟਾਂਡਾ ਪੁਲਿਸ ਨੇ ਕਈ ਚਿਰਾਂ ਤੋਂ ਭਗੌੜੇ ਚੱਲਦੇ ਆ ਰਹੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਪੁਲਿਸ ਵੱਲੋਂ ਹਰਜੀਤ ਸਿੰਘ ਡੀਐਸਪੀ ਸਬ ਡਿਵੀਜ਼ਨ ਟਾਂਡਾ ਤੇ ਸਬ ਇੰਸਪੈਕਟਰ ਅਮਨ ਕੁਮਾਰ ਮੁੱਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿੱਚ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿੱਚ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਸੌਰਸ ਲਾ ਕੇ ਉਪਰਾਲੇ ਕੀਤੇ ਜਾ ਰਹੇ ਸਨ, ਜਿਸ ਦੌਰਾਨ ਐਸਆਈ ਨਰਿੰਦਰ ਸਿੰਘ ਥਾਣਾ ਟਾਂਡਾ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਭਗੌੜੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।